ਦੇਖੋ ਇਹ 45 ਦਿਨ ਲਗਭਗ ਜਿਹੜਾ ਲਾਡੋਵਾਲ ਟੋਲ ਹੈ ਉਹ ਜਥੇਬੰਦੀਆਂ ਨੇ ਸਰਦਾਰ ਦਿਲਬਾਗ ਸਿੰਘ ਜੀ ਸਾਡੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਿਹੜੀ ਕੌਲ ਦਿੱਤੀ ਉਹ ਅਤੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਅਤੇ 45 ਦਿਨ ਇਹ ਫਰੀ ਰੱਖਿਆ। ਮਾਨਯੋਗ ਹਾਈ ਕੋਰਟ ਨੇ ਫੈਸਲਾ ਸੁਣਾਇਆ ਵੀ ਇਹ ਟੋਲ ਚਾਲੂ ਕੀਤਾ ਜਾਵੇ ਅਤੇ ਉਹਨਾਂ ਨੇ 4 ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਸਾਡੇ 2 ਆਗੂ ਜਿਹੜੇ ਮੇਨ ਸੀਗੇ ਅਤੇ ਬਾਕੀ ਸਾਥੀ ਇਹਨਾਂ ਦੇ ਗ੍ਰਿਫਤਾਰ ਕਰਕੇ ਇਹਨੂੰ ਚਾਲੂ ਕੀਤਾ, ਕਿਉਂਕਿ ਸਾਡਾ ਸ਼ੰਭੂ ਮੋਰਚਾ ਵੀ ਚੱਲ ਰਿਹਾ, ਖਨੌਰੀ ਵੀ ਚੱਲ ਰਿਹਾ, ਅਸੀਂ ਉੱਧਰ ਬਿਜੀ ਸਾਂ। ਹੁਣ ਇਹ ਮਨਮਾਨੀ ਜ਼ਿਆਦਾ ਕਰਦੇ ਨੇ, ਲੋਕਾਂ ਨੂੰ ਹਰਾਸ ਕਰਦੇ ਨੇ, ਇੰਸਲਟ ਕਰਦੇ ਨੇ ਲੋਕਾਂ ਦੀ। ਜਿਹੜੇ ਸਾਡੇ ਕਿਸਾਨ ਮੋਰਚਿਆਂ 'ਤੇ ਜਾਂਦੇ ਨੇ ਉਹਨਾਂ ਦੀ ਜਬਰੀ ਵਸੂਲੀ ਕਰਦੇ ਨੇ। ਅਸੀਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਔਰ ਇਹ ਟੋਲ ਵਾਲਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ 18 ਤਰੀਕ ਦਾ ਅਸੀਂ ਅਲਟੀਮੇਟਮ ਦਿੱਤਾ, ਐਸੇ ਹੀ 18 ਤਰੀਕ ਨੂੰ ਆਉਣ ਵਾਲੀ ਜਿਹੜੀ ਹੈ ਦਿਨ ਐਤਵਾਰ ਹੋਏਗਾ ਔਰ 18 ਤਰੀਕ ਨੂੰ ਜੇਕਰ 18 ਤੱਕ ਇਹ ਕੋਈ ਮੀਟਿੰਗ ਜਥੇਬੰਦੀਆਂ ਨਾਲ ਕਰਕੇ ਇਸ ਗੱਲ ਦਾ ਫੈਸਲਾ ਨਹੀਂ ਲੈਂਦੇ ਵੀ ਅਸੀਂ ਤੁਹਾਡੀ ਖੱਜਲ ਖੁਆਰੀ ਬਿਲਕੁਲ ਨਹੀਂ ਕਰਾਂਗੇ, ਲੋਕਾਂ ਨਾਲ ਬਸ ਲੁਕੀ ਬੰਦ ਕਰਾਂਗੇ ਅਤੇ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਆ ਉਹ 18 ਨੂੰ ਵੱਡੀ ਮੀਟਿੰਗ ਕਰਕੇ ਫਿਰ ਉਹਦੇ ਵਿੱਚ ਅਸੀਂ ਹੋ ਸਕਦਾ ਵੀ ਉੱਦਣ ਹੀ ਫ੍ਰੀ ਕਰ ਦਈਏ ਜਾਂ ਉੱਦਣ ਕੋਈ ਕਾਲ ਦੇ ਦਈਏ। ਅਤੇ ਅਸੀਂ 18 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ। ਅੱਜ ਦਾ ਸਾਡਾ ਮੀਟਿੰਗ ਦਾ ਮਸਲਾ ਇਹ ਸੀ ਵੀ ਇੱਕ ਵਾਰ ਆਗਾਹ ਕਰਨਾ ਸਾਡਾ ਪ੍ਰਸ਼ਾਸਨ ਨੂੰ, ਟੋਲ ਵਾਲਿਆਂ ਨੂੰ ਫਰਜ਼ ਹੈ, ਜੇਕਰ ਉਹ ਫਿਰ ਵੀ ਨਹੀਂ ਸੁਧਰਦੇ ਤਾਂ ਫਿਰ ਅਸੀਂ ਅਗਲੇਰੀ ਕਾਰਵਾਈ ਜਿਹੜੀ ਆ ਉਹ ਜਲਦ ਕਰਾਂਗੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।